ਕਰਨਾ ਸੀ, ਉਹਨੇ ਗੱਡੀ ਭੰਨੀ ਵੀ, ਉਹਦੀ ਥਾਰ ਨਵੀਂ ਗੱਡੀ ਆ, ਰੱਜਾ ਕੋ ਨਸ਼ੇ ਨਾਲ ਆ ਉਹ ਬਸ ਨਾ, ਮੰਨ ਲਾ ਉਹਨੂੰ ਕੋਈ ਸ਼ੁੱਧ ਬੁੱਧ ਨੀ, ਉਹ ਚੰਗੀ ਭਲੀ ਫੈਮਿਲੀ ਨੂੰ ਰਗੜੂਗਾ, ਅਸੀਂ ਉਹ ਰੋਕਣ ਦੀ ਕੋਸ਼ਿਸ਼ ਕਰਨਾ, ਰੋਕ ਤਾਂ ਰਹੇ ਨੇ, ਇਹ ਧਨੌਲੇ ਚ ਪੈਂਦਾ ਨਾ, ਮੜ ਗਈ ਖਦਾਨਾ ਜੇ ਨਿਕਲੇ ਤੇ ਉੱਥੇ ਨਾ, ਜੇ ਸਾਨੂੰ ਲੋੜ ਪਈ ਧਨੌਲੇ ਪੁਲਿਸ ਨੂੰ ਭੇਜਣਾ। ਹਾਂ ਬਈ ਬਾਹਲਾ ਰੱਜਾ ਪਿਆ ਭਾਵੇਂ ਚੰਗੇ ਪਿਓ, ਮਾਰੂ ਕਿਸੇ ਨੂੰ ਨਾ, ਅਸੀਂ ਹਾਰਨ ਮਾਰਦੇ ਮੂਹਰੇ ਕੱਢਣ ਜੋਗਰੇ ਵੀ ਨੀ। ਹਾਂ ਕਹਿ ਉੱਥੇ ਅਸੀਂ ਗੱਡੀ ਰੋਕਾਂਗੇ, ਬਾਈ ਜੇ ਗੱਡੀ ਮਾੜੀ ਹੋਵੇ ਨਾ, ਜਿੰਨਾ ਧੱਕਾ ਕਰੀ ਜਾਂਦਾ ਗੱਡੀ ਹੁਣ ਨੂੰ ਗਈ ਹੋਵੇ, ਵੀਡੀਓ ਨੀ ਬੰਦ ਕਰਨੀ, ਵੀਡੀਓ ਨੀ ਬੰਦ ਕਰਨੀ, ਵੀਡੀਓ ਤੋਂ ਬਾਅਦ ਤੱਕ ਸੂਤ ਹਾਲ ਬਰਨਾਲਾ ਤੋਂ ਹੰਢਾਇਆ ਬਟਵਾ ਦਾ ਟੋਲ ਪਲਾਜ਼ੇ ਤੱਕ ਦੇਖ ਲੋ ਕਿੰਨਾ ਨੁਕਸਾਨ ਕਰਕੇ ਆਇਆ, ਪਿੱਛੇ ਤਿੰਨ ਜਵਾਕ ਐ ਨੀ ਪਤਾ, ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰਦੇ ਮਾਰਦੇ ਦੇਖ ਲੋ ਬਾਈ, ਜਿਹੜਾ ਆਪਦਾ ਪਰਿਵਾਰ ਲਈ ਫਿਰ ਉਹਦਾ ਮੋਟਰਸਾਈਕਲ ਦੀ ਕੀ ਕਸੂਰ ਆ ਬਾਈ, ਇਹੋ ਜਿਹੇ ਅਜਿਹੀ ਕਿੱਦਾਂ ਕਰਦੇ ਆ। ਸਤਿ ਸ੍ਰੀ ਅਕਾਲ ਦੋਸਤੋ, ਨਸ਼ਾ ਇਸ ਵੇਲੇ ਪੰਜਾਬ ਦੇ ਲਈ ਬਹੁਤ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ। ਜਿੱਥੇ ਨਸ਼ੇ ਦੇ ਕਰਕੇ ਨੌਜਵਾਨ ਆਪਣੀਆਂ ਜ਼ਿੰਦਗੀਆਂ ਗਵਾ ਰਹੇ ਨੇ, ਉੱਥੇ ਆਪਣੇ ਪਰਿਵਾਰਾਂ ਨੂੰ ਵੀ ਨਿਰਾਸ਼ਾ ਦੇ ਆਲਮ ਦੇ ਵਿੱਚ ਧੱਕ ਰਹੇ ਨੇ, ਉਹਨਾਂ ਦੇ ਫਿਊਚਰ ਨੂੰ ਖਰਾਬ ਕਰ ਰਹੇ ਨੇ। ਉੱਥੇ ਹੀ ਇਹ ਨਸ਼ੇੜੀ ਲੋਕ ਦੂਜਿਆਂ ਦੀ ਜਾਨ ਦੇ ਲਈ ਵੀ ਖੋਹ ਬਣੇ ਹੋਏ ਨੇ, ਕਿਉਂਕਿ ਅਜਿਹੇ ਲੋਕ ਸੜਕਾਂ ਦੇ ਉੱਤੇ ਇੱਕ ਮੌਤ ਇੱਕ ਕਾਲ ਤੋਂ ਘੱਟ ਨਹੀਂ ਹੁੰਦੇ। ਅਜਿਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਥਾਰ ਵਾਲਾ ਨੌਜਵਾਨ ਕਿਸ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਰਿਹਾ ਹੈ ਅਤੇ ਕਿਸ ਤਰ੍ਹਾਂ ਕਿੰਨੇ ਹੀ ਲੋਕਾਂ ਦੇ ਇਹ ਐਕਸੀਡੈਂਟ ਕਰਕੇ ਆ। ਇਹ ਵੀ ਪਤਾ ਲੱਗਿਆ ਕਿ ਇੱਕ ਪਰਿਵਾਰ ਇਸ ਨਸ਼ੇ ਵਾਲੀਆਂ ਗਤੀਵਿਧੀਆਂ ਕਰਕੇ ਜਿਸ ਦੇ ਵਿੱਚ ਇਸਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਖਤਮ ਹੋ ਗਿਆ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਲੋਕਾਂ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੋਸਤੋ, ਇਸੇ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਜੋ ਨਸ਼ੇ ਛਡਵਾਉਣ ਵਾਲੇ ਹਨ ਉਹਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ, ਤਾਂ ਕਿ ਉਹ ਨੌਜਵਾਨਾਂ ਨੂੰ ਸਿੱਧੇ ਰਸਤੇ ਪਾ ਦੇਣ। ਇਹੀ ਕਾਰਨ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਵੀ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਜਿੱਥੇ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਹੁਣ ਇਹ ਆਵਾਜ਼ ਬੁਲੰਦ ਕਰਨ ਲੱਗੇ ਨੇ।
ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿ ਨਸ਼ੇ ਦੇ ਖਿਲਾਫ਼ ਇੱਕ ਵੱਡੀ ਜੰਗ ਵਿੱਢਣ ਦੀ ਲੋੜ ਹੈ ਜਿਸ ਦੇ ਕਰਕੇ ਨਸ਼ੇ ਦੇ ਇਸ ਦੈਤ ਨੂੰ ਖਤਮ ਕੀਤਾ ਜਾਵੇ, ਜਾਂ ਫਿਰ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਯੈਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਨੌਜਵਾਨ ਨੇ ਇੱਕ ਮੌਤ ਦਾ ਤਾਂਡਵ ਸੜਕ ਦੇ ਉੱਪਰ ਕੀਤਾ ਜਿੱਥੇ ਨਸ਼ੇ ਦੇ ਵਿੱਚ ਕਿਸ ਤਰ੍ਹਾਂ ਗੱਡੀ ਚਲਾ ਰਿਹਾ ਹੈ। ਇਹ ਤੁਹਾਡੇ ਸਾਹਮਣੇ ਸਾਰੀ ਵੀਡੀਓ ਰੱਖ ਹੀ ਦਿੱਤੀ ਹੈ ਅਤੇ ਹੁਣ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ, ਸ਼ੇਅਰ ਕਰਦੇ ਹਾਂ। ਅਤੇ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ, ਅਜਿਹੇ ਲੋਕਾਂ 'ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ, ਜਾਂ ਫਿਰ ਉਹਨਾਂ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਨਸ਼ੇ ਦਾ ਧੰਦਾ ਕਰਦੇ ਨੇ, ਵੇਚਦੇ ਨੇ, ਆਪਣੇ ਕੁਝ ਮੁਨਾਫੇ ਦੇ ਲਈ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੇ ਨੇ। ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਆਓ ਦੇਖੋ ਹੁਣ ਇਹ ਵਾਇਰਲ ਹੋ ਰਹੀ ਵੀਡੀਓ, ਅਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਨਲਿਮਿਟਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਹੁਣੇ ਲਾਈਕ ਫੋਲੋ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ। ਅਤੇ ਇਸ ਮਾਮਲੇ 'ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਸਾਂਝੀ ਕਰਨ ਤੋਂ ਨਾ ਭੁੱਲਣਾ। ਉਹ ਬੱਸ ਨਾ ਬਣਦਾ, ਉਹਨੂੰ ਕੋਈ ਸ਼ੁੱਧ ਬੁੱਧ ਨਹੀਂ, ਉਹ ਚੰਗੀ ਭਲੀ ਫੈਮਿਲੀ ਨੂੰ ਰਗੜੂਗਾ। ਅਸੀਂ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ, ਰੋਕ ਤਾਂ ਰਹੇ ਨੇ। ਇਹ ਧਨੌਲੇ ਚ ਪੈਂਦਾ ਨਾ, ਵੜ ਗਈ ਖਤਾਨਾ ਜੇ ਨਿਕਲੇ ਤੇ ਉੱਥੇ ਨਾ, ਜੇ ਸਾਨੂੰ ਲੋੜ ਪਈ ਧਨੌਲੇ ਪੁਲਿਸ ਨੂੰ ਭੇਜਣਾ। ਹਾਂ ਭਾਈ ਬਾਹਲਾ ਰੱਜਾ ਵਿਆ ਭਾਈ, ਚੰਗੇ ਭਾਈ ਮਾਰੂ ਕਿਸੇ ਨੂੰ ਨਾ, ਅਸੀਂ ਹਾਰ ਨਾ ਮਾਰਦੇ, ਮੂਹਰੇ ਕੱਢਣ ਜੋਗਰੇ ਵੀ ਨਹੀਂ। ਹਾਂ ਕਹਿ ਉੱਥੇ ਅਸੀਂ ਗੱਡੀ ਰੋਕਾਂਗੇ। ਬਾਈ ਜੇ ਗੱਡੀ ਮਾੜੀ ਹੋਵੇ ਨਾ, ਜਿੰਨਾ ਧੱਕਾ ਕਰੀ ਜਾਂਦਾ ਗੱਡੀ ਹੁਣ ਨੂੰ ਗਈ ਹੋਵੇ। ਬੰਦਾ ਬਰਨਾਲਾ ਤੋਂ ਹੰਢਾਇਆ ਬੱਟ ਬੱਟ ਟੋਲ ਪਲਾਜ਼ੇ ਤੱਕ, ਦੇਖ ਲੋ ਕਿੰਨਾ ਨੁਕਸਾਨ ਕਰਕੇ ਆਇਆ। ਪਿੱਛੇ ਤਿੰਨ ਜਵਾਕ, ਐ ਨੀ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰਦੇ ਮੁੰਡਾ ਆਇਆ। ਆਹ ਹਾਲਤ ਦੇ ਵਿੱਚ ਆ ਦੇਖ ਲੋ ਬਾਈ, ਗੋਬਰ ਗੱਡੀ ਅਸੀਂ ਬਣਾਈ ਵੀਡੀਓ ਜਿਹੜਾ ਆਪਦਾ ਪਰਿਵਾਰ ਲਈ, ਫਿਰ ਦੋਵਾਂ ਮੋਟਰਸਾਈਕਲ ਦੇ ਕੀ ਕਸੂਰ ਆ ਬਾਈ? ਇਹੋ ਜੇ ਆਵਾ ਅੱਜ ਵੀ ਕਿੱਦਾਂ ਉਹ ਕਰਦੇ ਆ ਬਾਈ ਜੀ? ਚਾਰ ਮੋਟਰਸਾਈਕਲ
ਜਿਹੜਾ ਆਪਦਾ ਪਰਿਵਾਰ ਲਈ ਫਿਰ ਉਹਦਾ ਮੋਟਰਸਾਈਕਲ ਦੇ ਕੀ ਕਸੂਰ ਆ ਬਾਈ? ਇਹੋ ਜਿਹੇ ਅਹਿਜੀਅਤ ਕਿੱਦਾਂ ਕਰਦੇ ਹੋ?